ਇਕਲੇ ਕੁਝ ਮਹੀਨਿਆਂ ਤੋਂ ਆਪਾਂ ਸਾਰੇ ਦੇਖਦੇ ਰਹੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਅਤੇ ਸਾਡੇ ਦੇਸ਼ ਸਾਡੇ ਪੰਜਾਬ ਦੇ ਵਿੱਚ ਕਰੋਨਾ ਨੇ ਕੀ مصیبت ਖੜੀ ਕਰ ਦਿੱਤੀ ਕੱਲ ਸ਼ਾਮ ਤੱਕ 448 ਤਾਂ ਸਾਡੀ ਕਰੋਨਾ ਦੀ ਮੌਤਾਂ ਹੋਈਆਂ ਨੇ ਕੱਲ ਦੇ ਦਿਨ ਉਨੀ ਮੌਤਾਂ ਹੋਈਆਂ ਸੀਆਂ ਤੋਂ ਉਹ ਹੁੰਦੇ ਹੁੰਦੇ ਇੱਕ ਪਾਸੇ ਤਾਂ ਇੱਧਰ ਸਾਰਾ ਪੰਜਾਬ ਦਾ ਜੋਰ ਲੱਗਿਆ ਹੋਇਆ ਇਸ ਨੂੰ ਸੰਭਾਲਣ ਵਾਸਤੇ ਔਰ ਦੂਜੇ ਪਾਸੇ ਕੋ ਚਾਹੇ ਜੇ ਗੈਰ ਕਾਨੂੰਨੀ ਲੋਕ ਲੋਕ ਜਿਨ੍ਹਾਂ ਨੂੰ ਕੋਈ ਸੋਚ ਨਹੀਂ ਕੋਈ ਸਮਝ ਨਹੀਂ ਔਰ ਜਿਹੜੇ ਸਮਝਦੇ ਨੇ ਕਿ ਅਸੀਂ ਜੋ ਮਰਜੀ ਕਰੀਏ ਸਾਡਾ ਕੰਮ ਠੀਕ ਰਹੂਗਾ ਔਰ ਅਸੀਂ ਪੈਸੇ ਬਣਾਵਾਂਗੇ ਔਰ ਉਹਨਾਂ ਨੇ ਇਹ ਖਰਾਬ ਸ਼ਰਾਬ ਵੇਚ ਕੇ 111 ਸਾਡੀਆਂ ਮੌਤਾਂ ਹੋਈਆਂ ਨੇ ਇੱਥੇ ਪੰਜਾਬ ਦੇ ਵਿੱਚ ਉਹਦੇ ਕਰਕੇ ਪੁਲਿਸ ਨੂੰ ਔਰ ਪੂਰੇ ਐਕਸਾਈਜ਼ ਡਿਪਾਰਟਮੈਂਟ ਨੂੰ ਹੁਣ ਮੈਂ ਇਸ ਕੰਮ ਤੇ ਲਾਇਆ ਹੋਇਆ ਕਿ ਮੈਂ ਚਾਹੁੰਦਾ ਕਿ ਅਗਲੇ 2 ਦਿਨ ਇਹ ਕੰਮ ਖਤਮ ਕਰੀਏ ਸਾਰਿਆਂ ਨੂੰ ਫੜੋ ਜਿਨ੍ਹਾਂ ਨੂੰ ਫੜਨਾ ਹੈ ਔਰ ਉਹਨਾਂ ਨੂੰ ਸਖਤ ਤੋਂ ਸਖਤ ਅਸੀਂ ਇਹਦੇ ਤੇ ਕਦਮ ਚੱਕਾਂਗੇ ਤਾਂ ਕਿ ਇਹਨਾਂ ਦੀ ਅੱਗੇ ਵਾਸਤੇ ਕੋਈ ਹੋਰ ਇਹਦਾ ਕਦਮ ਨਾ ਚੱਕ ਸਕੇ ਸਮਝੇ ਕਿ ਅਸੀਂ ਕੀ ਕਰਨ ਲੱਗੇ ਆਂ ਔਰ ਇਹ ਜੀ ਗੱਲ ਚਾਹੇ ਦੁਨੀਆ ਦੇ ਵਿੱਚ ਕਿਤੇ ਹੋਏ ਹੋਏ ਕੋਈ ਅਸਾਮ ਦੇ ਵਿੱਚ ਹੋਈ ਹੋਏ ਕੋਈ ਗੁਜਰਾਤ ਦੇ ਵਿੱਚ ਹੋਈ ਹੋਏ ਕੋਈ ਹੋਰ ਸੁਮਿਆ ਦੇ ਵਿੱਚ ਹੋਈ ਹੋਏ ਪੰਜਾਬ ਦੇ ਵਿੱਚ ਮੈਂ ਇਹ ਗੱਲ ਹੋਣ ਨਹੀਂ ਦੇ ਔਰ ਵਾਹਿਗੁਰੂ ਕਰੇ ਸਾਨੂੰ ਵਾਹਿਗੁਰੂ ਤਾਕਤ ਬਖਸ਼ਣ ਕਿ ਇਹ ਜਿਹੜੇ ਜਿਹੜੇ ਮਾੜੇ ਬੰਦੇ ਨੇ ਇਹਨਾਂ ਨੂੰ ਅਸੀਂ ਕਾਨੂੰਨ ਦੇ ਸਾਹਮਣੇ ਲਿਆਈਏ ਔਰ ਇਹਨਾਂ ਨੂੰ ਅੰਦਖ ਕਰੀਏ ਇਹ ਇਹ ਜਿਹੜੇ ਕੁਝ ਕੀਤਾ ਇਹਨਾਂ ਨੇ ਇਹਨਾਂ ਨੇ ਇਹ ਜਿਹੜੀ ਮੌਤਾਂ ਹੋਈਆਂ ਨੇ ਇੱਕ ਕਿਸਮ ਦਾ ਖੂਨ ਹੋਇਆ ਹੈ ਇਹ ਜਿਹੜੀ ਤੁਸੀਂ ਜਾਣਦੇ ਹੋਏ ਕਿ ਜਿਹੜੀ ਸ਼ਰਾਬ ਅਸੀਂ ਵੇਚ ਰਹੇ ਹਾਂ ਖਰਾਬ ਹੈ ਔਰ ਇਹਦੇ ਨਾਲ ਬੰਦੇ ਮਰਨਗੇ ਔਰ ਤੁਸੀਂ ਉਹਦੇ باوجود ਤੁਸੀਂ ਇੱਕ ਚੀਜ਼ਾਂ ਵੇਚ ਰਹੇ ਹੋ ਥਿਸ ਇਸ ਅਮਾਊਂਟਿੰਗ ਟੂ ਮਰਡਰ ਐ ਦਾ ਕਦਮ ਅਸੀਂ ਪੂਰਾ ਚੱਕਾਂਗੇ ਸ਼ਕਤੀ ਨਾਲ ਸਾਰੀ ਪੁਲਿਸ ਫੋਰਸ ਸਾਰੇ ਖੈਸਫੋਰਸ ਅੱਜ ਲੱਗੀ ਹੋਈ ਹੈ ਇਹਨਨ ਪਕੜਨ ਨੂੰ ਬਹੁਤ ਲੋਗ ਅਸੀਂ ਪਕੜ ਲੇ ਹੋਰ ਅਸੀਂ ਪਕੜਾਂਗੇ ਇੱਕ ਬੰਦਾ ਨਹੀਂ ਛੱਡਾਂਗੇ ਚਾਹੇ ਉਹ ਕੋਈ ਵੱਡਾ ਬੰਦਾ ਹੋਵੇ ਪੰਜਾਬ ਚ ਕੋਈ ਕਿਸੇ ਮਹਿਕਮੇ ਨਾਲ ਸਾਡੇ ਸਰਕਾਰੀ ਮਹਿਕਮੇ ਦੇ ਨਾਲ ਸੰਬੰਧਿਤ ਹੋਵੇ ਕੋਈ ਸਾਡੇ ਸਿਆਸਤਦਾਨ ਹੋਣ ਜੋ ਵੀ ਹੋਣ ਉਹਨਾਂ ਦੇ ਨਾਲ ਅਸੀਂ ਬੜੀ ਕੜੀ ਕਰੜੀ ਤਰੀਕੇ ਨਾਲ ਅਸੀਂ ਉਹਨਾਂ ਨਾਲ ਉਹਨਾਂ ਦੇ ਨਾਲ ਅਸੀਂ ਸਾਹਮਣਾ ਕਰਾਂਗੇ ਤਾਂ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਨੂੰ ਅਫਸੋਸ ਹੈ ਸਾਰੇ ਪਰਿਵਾਰਾਂ ਨਾਲ ਜਿਨ੍ਹਾਂ ਨੇ ਆਪਣੇ ਜੀ ਕੋਈ ਨਹੀਂ ਦੇ ਵਿੱਚ ਉਹ ਉਹ ਸਾਡੇ ਬੱਚੇ ਨੇ ਸਾਰੇ ਪੰਜਾਬੀ ਸਾਡੇ ਨੇ ਇੱਕ ਪਾਸੇ ਕਰੋਨਾ ਦੀ ਮਾਰ ਹੋ ਰਹੀ ਹੈ ਇੱਕ ਪਾਸੇ ਆ ਇਹ ਬੰਦਵਾਸ਼ਾ ਨੇ ਇਹ ਗੱਲ ਕੀਤੀ ਹੈ ਪਰ ਮੈਂ ਤੁਹਾਨੂੰ ਦੱਸਣਾ ਹੈ ਕਰੋਨਾ ਤਾਂ ਹੁਣ ਸਾਡੇ ਹੱਥ ਤੋਂ ਬਾਹਰ ਹੈ ਜੋ ਅਸੀਂ ਕਰ ਸਕਦੇ ਆ ਅਸੀਂ ਕਰ ਰਹੇ ਆ ਇਹ ਸਾਰੀ ਦੁਨੀਆ ਪਹਿਲੇ ਸਾਰੇ ਦੇਸ਼ ਪਹਿਲੇ ਹੋਏ ਆ ਔਰ ਅਸੀਂ ਬਹੁਤ ਕੰਟਰੋਲ ਕਰ ਬੈਠੇ ਆ ਲੇਕਿਨ ਆ ਜਿਹੜਾ ਕੰਮ ਹੈ ਨਾ ਜਿੱਥੇ ਤੁਸੀਂ ਜਾਣਦੇ ਹੋਏ ਕਿ ਲੋਕ ਮਰਨਗੇ ਇਹ 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 ਬਿਲਕੁਲ ਇੱਕ ਖੂਨ ਹੈ ਕਿਸਮ ਦਾ ਔਰ ਮੈਂ ਇਹਦਾ ਬਿਲਕੁਲ ਤਗੜੇ ਤਰੀਕੇ ਨਾਲ ਇਹਦਾ ਸਾਹਮਣਾ ਕਰੂੰਗਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਤਾਈ ਸਾਡੀ ਸਰਕਾਰ ਇਹਨਾਂ ਨੂੰ ਸਾਫ਼ ਕਰਕੇ ਇਹਨਾਂ ਲਿਕਰ ਮਾਫੀਆ ਨੂੰ ਖਤਮ ਕਰਕੇ ਛੱਡਾਂਗੇ